ਵੋਟਾਂ ਦਾ ਨਤੀਜਾ ਆ ਗਿਆ ਪਰ ਫਿਲਮ ਅਜੇ ਬਾਕੀ ਹੈ ਪਿਕਚਰ ਅਜੇ ਬਾਕੀ ਹੈ ਵੋਟਾਂ ਦਾ ਨਤੀਜਾ ਆ ਗਿਆ ਪਰ ਨਰਿੰਦਰ ਮੋਦੀ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਵਾਲਾ ਮਾਮਲਾ ਜਿਹੜਾ ਹੈ ਉਹ ਉਹ ਅਜੇ ਪੂਰਾ ਨਹੀਂ ਹੋਇਆ ਨਰਿੰਦਰ ਮੋਦੀ ਦਾ ਰੰਗ ਉੱਡਿਆ ਪਿਆ ਕਿਉਂਕਿ ਨਰਿੰਦਰ ਮੋਦੀ ਸਾਹਿਬ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਕਿ ਨਹੀਂ ਬਣ ਗਏ ਇਹ ਭੰਬਲ ਪੂਸਾ ਬਣਿਆ ਹੋਇਆ ਔਰ ਤੀਜੀ ਵਾਰ ਨਰਿੰਦਰ ਮੋਦੀ ਦੇ ਰਾਹ ਦੇ ਵਿੱਚ ਦੋ ਵੱਡੇ ਅੜਿੱਕੇ ਦੋ ਵੱਡੇ ਪੱਥਰ ਜਿਹੜੇ ਨੇ ਉਹ ਖੜੇ ਨੇ ਜਿਹੜੇ ਉਹਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਰੋਕ ਸਕਦੇ ਨੇ ਔਰ ਤੁਸੀਂ ਦੇਖਿਓ ਨਰਿੰਦਰ ਮੋਦੀ ਨੇ ਕੱਲ ਰੈਲੀ ਕੀਤੀ ਹੈ ਜਾਂ ਅੱਜ ਉਹ ਕੈਮਰਿਆਂ ਸਾਹਮਣੇ ਆਏ ਤੇ ਉਹਦਾ ਰੰਗ ਜਿਹੜਾ ਹੈ ਉਹ ਥੋੜਾ ਜਿਹਾ ਉੱਡਿਆ ਹੋਇਆ ਪਹਿਲਾਂ ਵਾਲਾ ਜਲਾਓ ਨਹੀਂ ਨਜ਼ਰ ਆ ਰਿਹਾ ਹੁਣ ਉਹ ਕਿਹੜੇ ਮੁੱਦੇ ਨੇ ਜਿੰਨਾ ਕਰਕੇ ਨਰਿੰਦਰ ਮੋਦੀ ਸਾਹਿਬ ਦਾ ਰੰਗ ਉੱਡਿਆ ਔਰ ਉਹ ਕਿਹੜੀਆਂ ਗੱਲਾਂ ਨੇ ਕਿਹੜੇ ਅੜਿੱਕੇ ਨੇ ਜਿਹੜੇ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੇ ਵਿੱਚ ਅੜਿੱਕਾ ਪਾਉਂਦੇ ਨਜ਼ਰ ਆ ਰਹੇ ਨੇ ਗੌਰ ਨਾਲ ਸੁਣਿਓ ਤੁਹਾਡੇ ਸਮਝਣ ਵਾਲੀ ਗੱਲ ਹੈ ਦੇਖੋ ਪਹਿਲਾਂ ਤਾਂ ਨਰਿੰਦਰ ਮੋਦੀ ਇਹੀ ਮੰਨ ਕੇ ਚੱਲਦੇ ਸੀ ਕਿ ਮੇਰੇ ਰਸਤੇ 'ਚ ਤਾਂ ਕੋਈ ਵੀ ਪ੍ਰੋਬਲਮ ਨਹੀਂ ਮੈਂ ਤਾਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਹੀ ਪਿਆ ਬੀਜੇਪੀ 400 ਪਾਰ ਦਾ ਨਾਰਾ ਦੇ ਕੇ ਆਏ ਪਰ 400 ਪਾਰ ਤੱਕ ਕੀ ਬੀਜੇਪੀ ਰਹੇਗੀ ਕਿੱਥੇ ਬੀਜੇਪੀ 250 ਤੱਕ ਵੀ ਨਹੀਂ ਪਹੁੰਚ ਸਕੀ 250 ਤੋਂ ਵੀ ਥੱਲੇ ਰਹਿ ਗਈ 400 ਬਾਰ ਜਾਣਾ ਹੀ ਕੀ ਸੀ ਤਾਂ ਫਿਰ ਕੀ ਹੋਇਆ ਹੁਣ ਬੀਜੇਪੀ ਨੂੰ ਆਪਦੇ ਬਲ ਬੂਤੇ ਤੇ ਸਰਕਾਰ ਵੀ ਬਣਦੀ ਨਜ਼ਰ ਨਹੀਂ ਆ ਰਹੀ ਗੱਠਬੰਧਨ ਕਰਕੇ ਭਾਈ ਵਾਲੀਆਂ ਲੈ ਕੇ ਸਪੋਰਟਾਂ ਲੈ ਕੇ ਸਰਕਾਰ ਬਣਾ ਰਹੇ ਨੇ ਤੇ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਕਿ ਨਹੀਂ ਬਣ ਰਹੇ ਦੋ ਵੱਡੇ ਅੜਿੱਕੇ ਨੇ ਕਿਹੜੇ ਕਿਹੜੇ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰੀ ਜਾਓ ਤੇ ਦੂਜਾ ਭਾਈ ਆਪਣਾ ਇਹ ਨਵਾਂ ਚੈਨਲ ਐ ਪੇਜ ਐ ਇਸ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਤੇ ਕਮੈਂਟ ਆਫ ਦਾ ਜ਼ਰੂਰ ਲਿਖੀ ਜਾਓ ਕਿ ਤੁਹਾਨੂੰ ਲੱਗਦਾ ਕੀ ਐ ਦੇਖੋ ਮੋਦੀ ਸਾਹਿਬ ਦੇ ਰਸਤੇ ਚ ਦੌੜ ਇੱਕੇ ਨਹੀਂ ਪਹਿਲਾ ਕਿ ਹੁਣ ਤੱਕ ਤਾਂ ਨਰਿੰਦਰ ਮੋਦੀ ਦੇ ਨਾਂ ਤੇ ਬੀਜੇਪੀ ਦਾ ਖੇਡਦੀ ਰਹੀ ਐ ਮੋਦੀ ਦਾ ਨਾਂ ਵਰਤ ਕੇ ਸਰਕਾਰ ਬਣਾਉਂਦੇ ਰਹੇ ਨੇ ਪਰ ਹੁਣ ਬੀਜੇਪੀ ਨੂੰ ਵੀ ਇਹ ਪਤਾ ਲੱਗ ਗਿਆ ਵੀ ਹੁਣ ਚੌਥੀ ਵਾਰ ਨਰਿੰਦਰ ਮੋਦੀ ਦੇ ਨਾਮ ਨਾਲ ਐ ਕੰਮ ਚੱਲਣਾ ਨਹੀਂ ਕਿਉਂਕਿ ਐਤ ਕੀ ਨਰਿੰਦਰ ਮੋਦੀ ਫੈਕਟਰ ਜਿਹੜਾ ਹੈ ਉਹ ਪੂਪੜਸ ਹੋ ਗਿਆ ਲੋਕਾਂ ਨੇ ਨਰਿੰਦਰ ਮੋਦੀ ਫੈਕਟਰ ਨੂੰ ਵੋਟ ਨਹੀਂ ਦਿੱਤੀ ਇਸੇ ਕਰਕੇ ਹੀ ਸਿੱਧਾ ਹੀ ਕਾਂਗਰਸ ਵਾਲਾ ਗੱਠ ਜੋੜ 100 ਤੋਂ ਵੱਧ ਸੀਟਾਂ ਤੇ ਅੱਗੇ ਵੱਧ ਗਿਆ ਤੇ ਹੁਣ ਕੀ ਹੋ ਗਿਆ ਬੀਜੇਪੀ ਦੇ ਅੰਦਰੋਂ ਹੀ ਚਰਚਾ ਹੈ ਕਿ ਆਵਾਜ਼ਾਂ ਉੱਠਣ ਲੱਗ ਪੀਆਂ ਵੀ ਇਹਨੂੰ ਦੋ ਵਾਰ ਬਣਾ ਲਿਆ ਹੁਣ ਤੀਜੀ ਵਾਰ ਕਿਸੇ ਹੋਰ ਨੂੰ ਬਣਾ ਲਓ ਕਈ ਦਾਵੇਦਾਰ ਬੈਠੇ ਨੇ ਕਈ ਬੀਜੇਪੀ ਦੇ ਅੰਦਰ ਹੀ ਬੀਜੇਪੀ ਦੇ ਅੰਦਰ ਹੀ ਖਿੱਚੋ ਤਾਨ ਜਿਹੜੀ ਐ ਉਹ ਚੱਲਣ ਦੀ ਚਰਚਾ ਜਿਹੜੀ ਐ ਉਹ ਆ ਰਹੀ ਐ ਅੰਦਰੋਂ ਵੇਖੋ ਯੋਗੀ ਨਿੱਤਿਆ ਅਦਿੱਤਿਆਨਾਥ ਜਿਹੜਾ ਯੂਪੀ ਦਾ ਮੁੱਖ ਮੰਤਰੀ ਐ ਉਹਦੇ ਅੰਦਰ ਵੀ ਕਿਤੇ ਨਾ ਕਿਤੇ ਇਹ ਤਲਬ ਹੋਊਗੀ ਕਿ ਮੈਨੂੰ ਪ੍ਰਧਾਨ ਮੰਤਰੀ ਬਣਾਓ ਪਿਛਲੇ ਟਾਈਮ ਤੋਂ ਇਹ ਚਰਚਾ ਸਾਹਮਣੇ ਆਈ ਐ ਦੂਜੇ ਨੰਬਰ ਤੇ ਅਮਿਤ ਸ਼ਾਹ ਅਮਿਤ ਸ਼ਾਹ ਦੇ ਅੰਦਰ ਵੀ ਇਹ ਤਲਬ ਜਿਹੜੀ ਐ ਕਿਤੇ ਨਾ ਕਿਤੇ ਲਾਜ਼ਮੀ ਨਜ਼ਰ ਆਉਂਦੀ ਹੈ ਵੀ ਮੈਨੂੰ ਪ੍ਰਧਾਨ ਮੰਤਰੀ ਬਣਾਓ ਔਰ ਤਲਬ ਕਈਆਂ ਦੇ ਅੰਦਰ ਹੋ ਸਕਦੀ ਹੈ ਕਈਆਂ ਦੇ ਅੰਦਰ ਹੋ ਸਕਦੀ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖੀ ਜਾਓ ਕੀ ਮੈ ਤੁਹਾਨੂੰ ਲੱਗਦਾ ਹੈ ਕਿ ਠੀਕ ਦੱਸ ਰਿਹਾ ਦੇਖੋ ਨਰਿੰਦਰ ਮੋਦੀ ਦੀ ਥਾਂ ਦੇ ਉੱਪਰ ਅਮਿਤ ਸ਼ਾ ਯੋਗੀ ਨਿਤਿਆਨਾਥ ਰਾਜਨਾਥ ਸਿੰਘ ਜੇਪੀ ਨੱਡਾ ਬੀਜੇਪੀ ਦੇ ਕਿੰਨੇ ਲੀਡਰ ਨੇ ਜਿਹੜੇ ਇੱਕ ਤਰ੍ਹਾਂ ਨਾਲ ਮੁਠੀਆਂ 'ਚ ਥੁੱਕੀ ਬੈਠੇ ਹੋਣਗੇ ਅੰਦਰੋਂ ਚਰਚਾ ਆ ਰਹੀ ਐ ਕਿ ਇਹ ਚੁੰਝ ਚਰਚਾ ਅੰਦਰ ਖਿੱਚੋ ਥਾਣ ਵੀ ਮੋਦੀ ਨੂੰ ਬਸ ਕਰੋ ਹੁਣ ਕਿਸੇ ਹੋਰ ਨੂੰ ਅੱਗੇ ਲਾ ਲਓ ਤੇ ਪਹਿਲਾ ੜਿੱਕਾ ਤਾਂ ਮੋਦੀ ਦੇ ਰਾਹ 'ਚ ਇਹ ਇਹ ਨਜ਼ਰ ਆ ਰਿਹਾ ਹੋ ਸਕਦਾ ਇਹ ਵੀ ਹੋ ਸਕਦਾ ਵੀ ਮੋਦੀ ਨੂੰ 2-4 ਮਹੀਨੇਾਂ ਲਈ ਬਣਾ ਦੇਣ ਉਸ ਤੋਂ ਬਾਅਦ ਮੋਦੀ ਨੂੰ ਲਾ ਦੇਣ ਜਿਵੇਂ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਨਤਾਵਾਂ ਨੇ ਵੀ ਕਿਹਾ ਰਾਹੁਲ ਗਾਂਧੀ ਨੇ ਵੀ ਇਹ ਗੱਲ ਬੋਲੀ ਐ ਬੀਨ ਨਰਿੰਦਰ ਮੋਦੀ ਹੁਣ ਤੀਜੀ ਵਾਰ ਪ੍ਰਧਾਨ ਮੰਤਰੀ ਬੀਜੇਪੀ ਨੇ ਵੀ ਚੱਜ ਨਾਲ ਨਹੀਂ ਬਣਾਉਣਾ ਇਹ ਗੱਲ ਠੀਕ ਜਾਪ ਰਹੀ ਹੈ ਤੇ ਦੂਜਾ ੜਕਾ ਦੂਜਾ ੜਕਾ ਤਾਂ ਪੂਰੀ ਬੀਜੇਪੀ ਦੇ ਰਾਹ ਚ ਪਿਆ ਹੋਇਆ ਮੋਦੀ ਦੇ ਰਾਹ ਚ ਤਾਂ ਪਈ ਹੋ ਗਿਆ ਬੀਜੇਪੀ ਨੂੰ ਬਹੁਮਤ ਨਹੀਂ ਮਿਲਿਆ ਸਰਕਾਰ ਬਣਾਉਣ ਲਈ 272 ਐਮਪੀ ਜਿੱਤੇ ਹੋਣੇ ਚਾਹੀਦੇ ਨੇ ਸਰਕਾਰ ਬਣਾਉਣ ਦੇ ਲਈ ਤੇ ਬੀਜੇਪੀ ਦੇ ਕਿੰਨੇ ਨੇ ਬੀਜੇਪੀ ਦੇ ਭਰਾਓ 250 ਵੀ ਨਹੀਂ ਗੇ ਕੱਲੀ ਦੇ ਤੇ ਭਾਈਵਾਲਾਂ ਨਾਲ ਰਲ ਕੇ ਸਰਕਾਰ ਬਣਾਉਣਾ ਚਾਹੁੰਦੇ ਨੇ ਤੇ ਨਾਇਡੂ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਤੇ ਨਿਤਿਸ਼ ਕੁਮਾਰ ਬਿਹਾਰ ਦਾ ਮੁੱਖ ਮੰਤਰੀ ਉਹਨਾਂ ਨੂੰ ਆਏ ਨੇ 28 ਸੀਟਾਂ ਹੁਣ ਉਹਨਾਂ ਦੇ ਗੱਠਜੋੜ ਤੋਂ ਬਿਨਾਂ ਉਹਨਾਂ ਨਾਲ ਗੱਠਜੋੜ ਕੀਤੇ ਬਿਨਾਂ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ ਗੱਠਜੋੜ ਤਾਂ ਹੈਗਾ ਹੀ ਉਹਨਾਂ ਨਾਲ ਪਰ ਜੇ ਉਹ ਦੂਜੇ ਪਾਸੇ ਚਲੇ ਜਾਣ ਕਾਂਗਰਸ ਵਾਲੇ ਪਾਸੇ ਤਾਂ ਫਿਰ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ ਫਿਰ ਕਾਂਗਰਸ ਦੀ ਬਣੂਗੀ ਜਿਹੜਾ ਹੈਗਾ ਮਤਲਬ ਨਿਤਿਸ਼ ਕੁਮਾਰ ਬਿਹਾਰ ਦਾ ਮੁੱਖ ਮੰਤਰੀ ਉਹਦੇ 12 ਐਮਪੀ ਜਿੱਤੇ ਨੇ ਤੇ ਜਿਹੜਾ ਚੰਦਰਬਾਬੂ ਨੈਡੂ ਦੀ ਪਾਰਟੀ ਹੈ ਉਹਦੇ 16 ਜਿੱਤੇ ਨੇ ਦੋਵਾਂ ਦੇ 28 ਮਿਲਾ ਕੇ ਬਣਗੇ ਤੇ ਦੂਜਾ ਵੱਡਾ ਅੜਿੱਕਾ ਜਿਹੜਾ ਹੈ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਰਾਹ 'ਚ ਉਹ ਦੋਵੇਂ ਨੇ ਉਹ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਇਸ ਕਰਕੇ ਮੋਦੀ ਦਾ ਅਹਿਦ ਕੀ ਪ੍ਰਧਾਨ ਮੰਤਰੀ ਬੰਨਾ ਐਡਾ ਸਿੰਪਲ ਸੁਖਾਲਾ ਨਹੀਂਗਾ ਜਿਵੇਂ ਪਿਛਲੀ ਵਾਰ ਸੀਗਾ ਔਰ ਅਗਲੀ ਗੱਲ ਜੇ ਭਾਜਪਾ ਨੇ ਸਰਕਾਰ ਬਣਾ ਵੀ ਲਈ ਮੋਦੀ ਪ੍ਰਧਾਨ ਮੰਤਰੀ ਬਣ ਵੀ ਗਏ ਤਾਂ ਇਹਨਾਂ ਵਿੱਚ ਪਹਿਲਾਂ ਵਾਲੀ ਤੜ ਨਹੀਂ ਰਹਿਣੀ ਪਹਿਲਾਂ ਵਾਲੀ ਜਲੋ ਪਹਿਲਾਂ ਵਾਲੀ ਤਾਕਤ ਸਰਕਾਰ ਦੀ ਨਹੀਂ ਰਹਿਣੀ ਕਿਉਂਕਿ ਪਿਛਲੀ ਵਾਰ ਹੁਣ ਤੁਹਾਨੂੰ ਪਤਾ ਹੈ 272 ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਲਈ ਤੇ ਪਿਛਲੀ ਵਾਰ ਕੱਲੀ ਬੀਜੇਪੀ ਕੋਲ 303 ਸੀ ਮਤਲਬ ਜਿੰਨੇ ਚਾਹੀਦੇ ਨੇ ਉਸ ਤੋਂ ਵੀ ਕਾਫੀ ਵੱਧ ਸੀ ਤੇ ਇਸ ਟਾਈਮ ਬੀਜੇਪੀ ਕੋਲ ਕਿੰਨੇ ਆਏ ਮਿੱਤਰੋ ਇਸ ਟਾਈਮ ਬੀਜੇਪੀ ਕੋਲ ਰਹਿ ਗਏ ਆਪਦੇ ਬੜਬੂਤੇ ਬਹੁਤ ਘੱਟ ਇਸ ਕਰਕੇ ਫੌੜੀਆਂ ਲੈ ਕੇ ਨਿਤਿਸ਼ ਕੁਮਾਰ ਦੀਆਂ ਤੇ ਫੌੜੀਆਂ ਲੈ ਕੇ ਚਿੰਦਰਬাবু ਨੇਡੂ ਦੀ ਪਾਰਟੀ ਦੀਆਂ ਇਹਨਾਂ ਨੇ ਸਰਕਾਰ ਬਣਾਉਣੀ ਹੈ ਤੇ ਜਦੋਂ ਕਿਸੇ ਦੀਆਂ ਫੌੜੀਆਂ ਸਹਾਰੇ ਬੰਦਾ ਖੜਾ ਹੋਵੇ ਨਾ ਉਦੋਂ ਉਹ ਆਵਦੀਆਂ ਲੱਤਾਂ ਵਾਲਾ ਦਮ ਨਹੀਂ ਹੁੰਦਾ ਮੰਨ ਲਓ ਆਵਦੀਆਂ ਲੱਤਾਂ ਤੇ ਖੜਿਆ ਨਾ ਜਾਂਦਾ ਹੋਵੇ ਕਿਸੇ ਦੀਆਂ ਫੌੜੀਆਂ ਲੈ ਕੇ ਸਰਕਾਰ ਬਣਾਈ ਆ ਬੰਦਾ ਖੜਾ ਹੋਵੇ ਤੇ ਜਦੋਂ ਅਗਲਾ ਫੌੜੀਆਂ ਖਿੱਚ ਲਵੇ ਹੌੜੀਆਂ ਧਾਰੀਆਂ ਹੋਣ ਵਿਸਾਖੀਆਂ ਉਧਾਰੀਆਂ ਹੋਣ ਤਾਂ ਉਦੋਂ ਜਦੋਂ ਮਰਜੀ ਡਿੱਗ ਸਕਦਾ ਹੈ ਇਸੇ ਤਰ੍ਹਾਂ ਦੀ ਕਹਾਣੀ ਭਾਜਪੀ ਤੇ ਨਰਿੰਦਰ ਮੋਦੀ ਨਾਲ ਐਤ ਕੀ ਲੋਕਾਂ ਨੇ ਬਣਾਤੀ ਹੈ ਇਸ ਕਰਕੇ ਨਰਿੰਦਰ ਮੋਦੀ ਦਾ ਰਾਹ ਇਸ ਵਾਰ ਸੌਖਾ ਤੇ ਆਸਾਨ ਨਹੀਂ ਹੈਗਾ ਨਰਿੰਦਰ ਮੋਦੀ ਦੇ ਰਸਤੇ 'ਚ ਇਸ ਵਾਰ ਅੜਿੱਕੇ ਨੇ ਰੋੜੇ ਨੇ ਬਹੁਤ ਵੱਡੇ ਪ੍ਰਧਾਨ ਮੰਤਰੀ ਬਣਨ ਦੇ ਸੋ ਵੀਡੀਓ ਨੂੰ ਸ਼ੇਅਰ ਜਿੰਨੇ ਤੁਸੀਂ ਭੈਣਾ ਭਰਾ ਦੇਖਦੇ ਹੋ ਜੇ ਤੁਹਾਨੂੰ ਗੱਲ ਠੀਕ ਲੱਗੇ ਕਰ ਦਿਓ ਤੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕੇ ਨਹੀਂ ਆਪਣਾ ਕਮੈਂਟ ਜਰੂਰ ਲਿਖਿਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਤੁਹਾਨੂੰ ਕੀ ਲੱਗਦਾ ਤੁਹਾਡਾ ਦਿਮਾਗ ਸਾਡੇ ਨਾਲੋਂ ਵੀ ਤੇਜ ਹੈ ਸੋ ਆ ਨਰਿੰਦਰ ਮੋਦੀ ਦੇ ਰਾਜ 'ਚ ਦੋ ਡਿੱਕੇ ਨੇ ਵੱਡੇ ਜਿਹੜੇ ਮੈਂ ਤੁਹਾਨੂੰ ਦੱਸ ਦਿੱਤੇ ਨੇ ਪਹਿਲਾ ਕਿ ਪਾਰਟੀ ਦੇ ਅੰਦਰ ਹੀ ਕਿਸੇ ਹੋਰ ਬੰਦੇ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਰੌਲਾ ਚੱਲੀ ਜਾਂਦਾ ਤੇ ਦੂਜਾ ਚੰਦਰਬਾਬੂ ਨੈਡੂ ਤੇ ਨਿਤਿਸ਼ ਕੁਮਾਰ ਜਿਹੜੇ ਨੇ ਉਹਨਾਂ ਦੀਆਂ ਫੋੜੀਆਂ ਤੋਂ ਬਿਨਾ ਸਰਕਾਰ ਹੀ ਨਹੀਂ ਬੰਨੀ ਹੁਣ ਅੱਜ 4 ਵਜੇ ਨਰਿੰਦਰ ਮੋਦੀ ਦੇ ਆਵਾਸ ਤੇ ਉਹਦੇ ਘਰ ਦੇ ਵਿੱਚ ਇਹਨਾਂ ਨੇ ਬੈਠਕ ਸੱਦੀ ਹੈ ਜਿੰਨੇ ਇਹਨਾਂ ਦੇ ਨਾਲ ਗੱਠ ਜੋੜ ਚਲੇ ਉਹਨਾਂ ਸਾਰਿਆਂ ਨੂੰ ਸੱਦਿਆ ਉਹਨਾਂ ਨੇ ਕਹਿ ਤਾਂ ਦਿੱਤਾ ਵੀ ਅਸੀਂ ਆਵਾਂਗੇ ਪਰ ਪਤਾ ਨਹੀਂ ਉਹਨਾਂ ਦਾ ਤਾਂ ਜਿਵੇਂ ਇੱਕ ਪੁਰਾਣਾ ਪੰਜਾਬੀ ਦੀ ਕਹਾਵਤ ਹੈ ਆਖੇ ਉਸ ਬਾਬਲ ਦਾ ਕੀ ਪ੍ਰਵਾਸਾ ਡੋਲੀ ਪਈ ਕੱਢ ਲੈ ਤੇ ਕੱਢ ਹੀ ਲੈ ਇਸ ਕਰਕੇ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨੈੜੂ ਉਹਦਾ ਦੇ ਬਾਬਲ ਨੇ ਜਿਹੜੇ ਹੋਸਾ ਦਾ ਇਹਨਾਂ ਦੇ ਬੂਹੇ ਤੋਂ ਆਕੇ ਮੁੜ ਜਾਣ ਮੰਨ ਲਓ ਤੁਹਾਡੇ ਤੋਂ ਮੈਂ ਪੁੱਛਦਾ ਜਿਹੜੀ ਕਾਂਗਰਸ ਦੇ ਵਾਲਾ ਇੰਡੀਆ ਗੱਠ ਜੋੜ ਹੈ ਜੋ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨੈੜੂ ਨੂੰ ਕਹਿ ਦੇਣ ਵੀ ਚਲੋ ਪ੍ਰਧਾਨ ਮੰਤਰੀ ਤੁਹਾਡਾ ਤੁਹਾਡੇ ਦੋਵਾਂ ਚੋਂ ਇੱਕ ਜਣਾ ਪ੍ਰਧਾਨ ਮੰਤਰੀ ਬਣ ਜੂਗਾ ਮੈਂ ਦਾਅਵੇ ਨਾਲ ਕਹਿੰਨਾ ਉਹ ਉੱਧਰ ਚਲੇ ਜਾਣਗੇ ਉਪ ਉਪ ਪ੍ਰਧਾਨ ਮੰਤਰੀ ਦੀ ਆਫਰ ਤਾਂ ਕਾਂਗਰਸ ਨੇ ਅ ਦੱਸਿਆ ਜਾ ਰਿਹਾ ਹੈ ਕਿ ਦੇ ਦਿੱਤੀ ਹੈ ਨਿਤਿਸ਼ ਕੁਮਾਰ ਨੂੰ ਵੀ ਤੂੰ ਸਾਡੇ ਵਾਲੇ ਪਾਸੇ ਆ ਜਾ ਉਹਨਾਂ ਦੇ ਦੋਵਾਂ ਦੇ 28 ਨੇ 28 ਉਧਰ ਚਲੇ ਗਏ ਤੇ ਕੁਝ ਜਿਹੜੇ ਹੋਰ ਬਾਕੀ ਨੇ ਆਜ਼ਾਦ ਵਗੈਰਾ ਉਹ ਚਲੇ ਗਏ ਬੀਬੀ ਹਰ ਸਿਮਰਤ ਕੋਰ ਬਾਦਲਵਰ ਕੀ ਦਾ ਸਮਰਥਨ ਕਿਨੂੰ ਜਾਏਗਾ ਇਹ ਵੀ ਇੱਕ ਵੱਡਾ ਸਵਾਲ ਜੇ ਖੜਾ ਹੈ ਔਰ ਉਧਰ ਜਿਹੜੇ ਇੰਡੀਆ ਗੱਠ ਜੋੜ ਹੈ ਕਾਂਗਰਸ ਵਾਲਾ ਮੀਟਿੰਗ ਉਹਨਾਂ ਨੇ ਵੀ ਸੱਦ ਲਈ ਹੈ 6 ਵਜੇ ਕਿੱਥੇ ਜਿਹੜਾ ਪ੍ਰਧਾਨ ਹੈ ਨਾ ਇਸ ਟਾਈਮ ਕਾਂਗਰਸ ਦਾ ਮਲਕਾ ਰੋਜਨ ਖੜਗੇ ਉਹਦੇ ਘਰ ਮੀਟਿੰਗ ਸ਼ਾਮ ਨੂੰ 6 ਵਜੇ ਸੱਦ ਲਈ ਹੈ ਤੇ ਅੱਜ ਸ਼ਾਮ ਨੂੰ ਹੀ 4 ਵਜੇ ਮੀਟਿੰਗ ਸੱਦ ਲਈ ਹੈ ਜਿਹੜਾ ਪ੍ਰਧਾਨ ਮੰਤਰੀ ਦੇ ਘਰ ਦੇ ਵਿੱਚ ਬੀਜੇਪੀ ਨੇ ਐਨਡੀਏ ਦੀ ਮੀਟਿੰਗ ਸੱਦ ਲਈ ਹੈ ਹੁਣ ਇਹਨਾਂ ਦੋਆਂ ਮੀਟਿੰਗਾਂ 'ਚ ਇਕੱਟਾ-ਕੱਟੀ ਨਿਕਲਣਾ ਵੀ ਬਣਦਾ ਕੀ ਆ ਤੇ ਨਰਿੰਦਰ ਮੋਦੀ 8 ਜੂਨ ਨੂੰ ਕਹਿੰਦੇ ਵੀ ਪ੍ਰਧਾਨ ਮੰਤਰੀ ਦੀ ਸੌ ਚੁੱਕ ਸਕਦੇ ਨੇ ਪਰ ਇਹ ਸੌ ਚੁੱਕੀ ਜਾਊ કે ਇਹ ਸੌ ਰਹਿ ਜੂ ਪੂਪੜਾ ਸਭ ਹੋ ਜਾਂਦਾ ਇਹ ਪਤਾ ਲੱਗੂਗਾ ਅੱਜ ਸ਼ਾਮ ਤੱਕ ਅੱਜ ਸ਼ਾਮ ਤੱਕ ਤੁਸੀਂ ਲਗਾਤਾਰ ਦੇਖਦੇ ਰਹੋ ਕਿ ਤੁਸੀਂ ਚਾਹੁੰਦੇ ਹੋ ਮਨਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੈਨੂੰ ਲੱਗਦਾ ਪੰਜਾਬੀ ਤਾਂ ਨਹੀਂ ਚਾਹੁੰਦੇ ਜੇ ਪੰਜਾਬੀ ਚਾਹੁੰਦੇ ਹੁੰਦੇ ਤਾਂ ਫੇਰ ਪੰਜਾਬੀ 13 ਚੋਂ ਇੱਕ ਸੀਟ ਤਾਂ ਬੀਜੇਪੀ ਨੂੰ ਜਿਤਾ ਦਿੰਦੇ ਪੰਜਾਬੀਆਂ ਨੇ ਕੋਈ ਸੀਟ ਬੀਜੇਪੀ ਨੂੰ ਨਹੀਂ ਜਿਤਾਈ ਇੱਕ ਵੀ ਪੰਜਾਬੀਆਂ ਨੇ ਇੱਕ ਤਰ੍ਹਾਂ ਨਾਲ ਬਦਲਾ ਲਿਆ ਜਾਂ ਗੁੱਸਾ ਕੱਢਿਆ ਰੰਜਕੇ ਔਰ ਵੱਡੀ ਗੱਲ ਪਤਾ ਕੀ ਹੋਈ ਆ ਉਹ ਵੱਡੀ ਗੱਲ ਲਖੀਮਪੁਰ ਖੀਰੀ ਜਿੱਥੇ ਬੀਜੇਪੀ ਦੇ ਇੱਕ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੇ ਥਾਰ ਪਿੱਛੋ ਲਿਆ ਕੇ ਗੱਡੀ ਚੜਾਤੀ ਸੀ ਕਿਸਾਨਾਂ ਤੇ ਕਿੰਨੇ ਮਾਰਦੇ ਸੀ ਉੱਥੇ ਬਹੁਤ ਬੁਰੀ ਤਰ੍ਹਾਂ ਲਖੀਮਪੁਰ ਖੀਰੀ ਚ ਬੀਜੇਪੀ ਨੂੰ ਲੋਕਾਂ ਨੇ ਹਰਾਤਾ ਮਾਝਤਾ ਅਰ ਅਯੋਧਿਆ ਦੇ ਵਿੱਚ ਬੀਜੇਪੀ ਨੇ ਅਯੋਧਿਆ ਦੇ ਵਿੱਚ ਰਾਮ ਮੰਦਰ ਬਣਾਇਆ ਪੂਰੇ ਦੇਸ਼ ਫਿਰ ਰਾਮ ਮੰਦਰ ਦੇ ਨਾਂ ਤੇ ਵੋਟਾਂ ਮੰਗੀਆਂ ਨੇ ਤੇ ਲੋਕਾਂ ਨੇ ਇਸ ਗੱਲ ਨੂੰ ਨਕਾਰ ਦਿੱਤਾ ਬੀਜੇਪੀ ਕਹਿੰਦੀ ਵੀ ਅਸੀਂ ਰਾਮ ਨੂੰ ਲੈ ਕੇ ਆਏ ਆ ਲੋਕਾਂ ਨੇ ਕਿਹਾ ਤੁਸੀਂ ਨਹੀਂ ਰਾਮ ਨੂੰ ਲੈ ਕੇ ਆਏ ਆ ਰਾਮ ਦੇ ਨਾਂ ਤੇ ਤੁਸੀਂ ਆ ਰਹੇ ਹੋ ਤਾਂ ਇਸ ਕਰਕੇ ਅਯੋਧਿਆ ਚ ਬੀਜੇਪੀ ਨੂੰ ਹਰਾਤਾ ਲੋਕਾਂ ਨੇ ਅਯੋਧਿਆ ਚ ਬੀਜੇਪੀ ਨੂੰ ਲੋਕਾਂ ਨੇ ਹਰਾਤਾ ਭਾਈ ਤੁਹਾਨੂੰ ਪਤਾ ਹੋਣਾ ਚਾਹੀਦਾ ਬੀਜੇਪੀ ਦਾ ਉਮੀਦਵਾਰ ਸੀ ਉੱਥੋਂ ਲੱਲੂ ਸਿੰਘ ਮਾਂਜਤਾ ਲੋਕਾਂ ਨੇ ਚੰਗੀ ਤਰ੍ਹਾਂ ਹੁਣ ਲੱਲੂ ਸਿੰਘ ਨਾਂ ਸੁਣ ਕੇ ਕਈਆਂ ਨੂੰ ਲੱਗਦਾ ਹੋਣਾ ਵੀ ਇਹ ਕੀ ਨਾਂ ਹੈ ਪਰ ਉੱਥੇ ਵੀ ਇਹੋ ਜੇ ਨਾਂ ਰੱਖੇ ਜਾਂਦੇ ਨੇ ਆਪਣੇ ਪੰਜਾਬੀ ਚ ਲੱਲੂ ਕਹਿੰਦੇ ਆ ਜਿਹੜਾ ਲੋਲਾ ਜਾਂ ਹੋਵੇ ਜਿਹੜਾ ਜਿਹਨੂੰ ਕਹਿੰਦੇ ਲੱਲੂ ਆ ਪਰ ਉੱਥੇ ਲੱਲੂ ਸਿੰਘ ਨਾਂ ਆਮ ਹੀ ਲੋਕ ਰੱਖਦੇ ਨੇ ਔਰ ਬੀਜੇਪੀ ਦਾ ਉਹ ਉਮੀਦਵਾਰ ਸੀ ਅਜੋਧਿਆ ਤੋਂ ਉੱਥੇ ਉਹ ਨਾਮ ਗਲਤ ਨਹੀਂ ਹੈਗਾ ਅਡੋ ਅਡ ਪਿਸ਼ਾਵਾਂ ਦੇ ਵਿੱਚ ਅਡੋ ਅਡ ਅਰਥ ਹੁੰਦੇ ਨੇ ਸੋ ਨਰਿੰਦਰ ਮੋਦੀ ਦੇ ਰਾਹ ਦੇ ਵਿੱਚ ਦੋ ਰੋੜੇ ਦੋ ਪੱਥਰ ਪਏ ਨੇ ਪ੍ਰਧਾਨ ਮੰਤਰੀ ਬਣਨ ਦੇ ਦੋ ਅੜਿੱਕੇ ਦੋਵੇਂ ਦੁਬਾਰਾ ਦੱਸ ਦਿਆਂ ਗੌਰ ਨਾਲ ਸੁਣ ਲਓ ਪਹਿਲਾ ਅੜਿੱਕਾ ਨਰਿੰਦਰ ਮੋਦੀ ਦੇ ਰਾਹ 'ਚ ਹੈ ਜਿਹੜਾ ਪਾਰਟੀ ਦੇ ਅੰਦਰ ਖਿੱਚੋ ਤਣ ਚੱਲਣੀ ਸ਼ੁਰੂ ਹੋ ਗਈ ਹੈ ਮੈਂ ਨਰਿੰਦਰ ਮੋਦੀ ਨੂੰ ਤੀਜੀ ਵਾਰ ਬਣਾਈਏ ਕਿ ਨਾ ਬਣਾਈਏ ਉਹਨਾਂ ਨੂੰ ਪਾਰਟੀ ਦੇ ਅੰਦਰ ਲੱਗਣਾ ਸ਼ੁਰੂ ਹੋ ਗਿਆ ਵੀ ਮੋਦੀ ਮੈਜਿਕ ਬਿਲਕੁਲ ਝੂਠਾ ਸੀ ਖਤਮ ਹੋ ਗਿਆ ਮੋਦੀ ਨੂੰ ਹੁਣ ਚੌਥੀ ਵਾਰ ਨਹੀਂ ਵਰਤਿਆ ਜਾ ਸਕਦਾ ਉਹਨਾਂ ਨੂੰ ਪਤਾ ਲੱਗ ਗਿਆ ਪਾਰਟੀ 'ਚ ਕਈ ਬੰਦੇ ਨੇ ਜਿਹੜੇ ਚਾਹੁੰਦੇ ਪਏ ਨੇ ਭਾਜਪਾ ਦੇ ਵੀ ਸਾਨੂੰ ਬਣਾ ਦਿਓ ਪ੍ਰਧਾਨ ਮੰਤਰੀ ਇਸ ਕਰਕੇ ਪਾਰਟੀ ਦੇ ਅੰਦਰੋਂ ਵੀ ਮੋਦੀ ਇਸ ਵਾਰ ਪ੍ਰਧਾਨ ਮੰਤਰੀ ਬਣਨਗੇ ਕਿ ਨਹੀਂ ਬਣਨਗੇ ਇੱਕ ਸਵਾਲ ਇਹ ਆ ਦੂਜਾ ਸਵਾਲ ਇਹ ਆ ਵੀ ਚੰਦਰਬਾਬੂ ਨੇੜੂ ਤੇ ਨਿਤਿਸ਼ ਕੁਮਾਰ ਜਿਨ੍ਹਾਂ ਦੇ ਗੱਠ ਜੋੜ ਦੀਆਂ ਫੋੜੀਆਂ ਦੇ ਸਾਰੇ ਸਰਕਾਰ ਬੰਨੀ ਐ ਵੀ ਉਹ ਸਮਰਥਨ ਦੇ ਕੇ ਰੱਖਣਗੇ ਕਿ ਨਹੀਂ ਰੱਖਣਗੇ ਅਗਲਾ ਸਵਾਲ ਇਹ ਆ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਲਿਖਿਓ ਤੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ